ਕਿਨਾ ਪੈ ਜੀ ਆਪਣਾ ਮਨਪ੍ਰੀਤ ਕੌਰ ਮਨਪ੍ਰੀਤ ਜੀ ਦੱਸ ਦਿਓ ਜੀ ਅੱਜ ਕਿਉਂ ਨੋਬਤ ਪੈ ਗਈ ਤੁਹਾਨੂੰ ਝੋਨਾ ਲਗਾਉਣ ਦੀ ਹਾਂਜੀ ਕੀ ਗੱਲ ਹੋਈ ਸਰ ਵੀਰ ਜੀ ਮੈਂ ਐਮਐਸਸੀ ਕੀਤੀ ਆ ਬੀਐਸਸੀ ਕਰਕੇ ਐਮਐਸਸੀ ਕੀਤੀ ਆ ਮੇਰੀ ਮੰਮੀ ਨੇ ਮੈਨੂੰ ਮਿਹਨਤ ਕਰਕੇ ਪੜ੍ਹਾਇਆ ਵਾ ਮੇਰੇ ਬ੍ਰਦਰ ਦੀ ਡੈਥ ਹੋਣ ਤੋਂ ਬਾਅਦ ਮੇਰੇ ਡੈਡੀ ਜਿਹੜੇ ਆ ਉਹ ਬਹੁਤ ਟੈਨਸ਼ਨ 'ਚ ਰਹਿੰਦੇ ਸੀ ਘਰ ਦੀ ਜ਼ਿੰਮੇਵਾਰੀ ਕਿੱਦਾਂ ਚੱਲੇਗੀ ਘਰ ਦਾ ਖਰਚ ਕਿਵੇਂ ਚੱਲੇਗਾ ਉਹਨਾਂ ਤੋਂ ਬਾਅਦ ਮੇਰੇ ਡੈਡੀ ਦੀ ਵੀ ਡੈਥ ਹੋ ਗਈ ਅਤੇ ਹੁਣ ਸਰਕਾਰ ਜਿਹੜੀ ਆ ਕੋਈ ਨੌਕਰੀ ਨਹੀਂ ਦੇ ਰਹੀ ਇੰਨੀ ਪੜ੍ਹਾਈ ਲਿਖਾਈ ਕਰਕੇ ਕਰਨ ਦੇ ਬਾਵਜੂਦ ਵੀ ਅਸੀਂ ਝੋਨਾ ਲਾ ਰਹੇ ਹਾਂ ਕਿੰਨੀ ਪੜ੍ਹਾਈ ਕੀਤੀ ਕਿੱਥੋਂ ਕੀਤੀ ਪੜ੍ਹਾਈ ਪਲੱਸ ਟੂ ਮੈਂ ਪਿੰਡ ਵਾਲੇ ਸਕੂਲ ਤੋਂ ਕੀਤੀ ਆ ਅਤੇ ਬੀਐਸਸੀ ਜਿਹੜੀ ਉਹ ਮੈਂ ਬੇਬੇ ਨਾਨਕੀ ਖਾਲਸਾ ਕਾਲਜ ਫੋਰ ਵੂਮੈਨ ਧਾਰੀਵਾਲ ਤੋਂ ਕੀਤੀ ਆ ਅਤੇ ਐਮਐਸਸੀ ਮੈਂ ਸ਼ਾਂਤੀ ਦੇਵੀ ਵਾਲੇ ਮਹਿਲਾ ਕਾਲਜ ਦੀਨਾਨਗਰ ਤੋਂ ਕੀਤੀ ਆ ਕਿੱਥੇ ਕਿਤੇ ਨੌਕਰੀ ਵਾਸਤੇ ਅਪਲਾਈ ਕੀਤਾ ਟੈਸਟ ਵੀ ਬਹੁਤ ਦਿੱਤੇ ਨੇ ਮੈਂ ਪਟਵਾਰੀ ਦਾ ਟੈਸਟ ਵੀ ਦਿੱਤਾ ਵਾ ਰੇਲਵੇ ਦਾ ਟੈਸਟ ਵੀ ਦਿੱਤਾ ਵਾ ਹੋਰ ਵੀ ਬਹੁਤ ਸਾਰੇ ਮੈਂ ਟੈਸਟ ਦਿੱਤੇ ਆ ਦੋ ਸਾਲਾਂ ਤੋਂ ਅਤੇ ਹੁਣ ਮੈਂ ਆਪਣੇ ਘਰ ਦੀ ਜ਼ਿੰਮੇਵਾਰੀ ਘਰ ਦਾ ਖਰਚ ਤੋਰਨ ਵਾਸਤੇ ਆਪਣੀ ਮੰਮੀ ਦੇ ਨਾਲ ਝੋਨਾ ਲਗਾ ਰਹੀ ਹਾਂ ਸਰਕਾਰਾਂ ਕਹਿੰਦੀਆਂ ਵੀ ਆਪਾਂ ਸਕਿੱਲ ਡਿਵੈਲਪਮੈਂਟ ਕੋਰਸ ਕਰਾਉਂਦੇ ਹਾਂ ਮਹਿਲਾਵਾਂ ਨੂੰ ਉੱਪਰ ਜਗ੍ਹਾ ਹੋਰ ਕਈ ਮੌਕੇ ਦਿੱਤੇ ਜਾਂਦੇ ਨੇ ਹਾਂਜੀ ਅਤੇ ਤੁਹਾਨੂੰ ਕਿਉਂ ਨਹੀਂ ਮਿਲਿਆ ਕੋਰਸ 'ਤੇ ਬਹੁਤ ਅਪਲਾਈ ਦਿੱਤੇ ਨੇ ਹੋਏ ਨੇ ਬਟ ਨੌਕਰੀ ਨਹੀਂ ਮਿਲ ਰਹੀ ਕਿੱਥੇ ਕਿਤੇ ਅਪਲਾਈ ਕੀਤਾ ਮੈਂ 2-3 ਸਕੂਲਾਂ 'ਤੇ ਅਪਲਾਈ ਕੀਤਾ ਵਾ ਅਤੇ ਉਹਦੇ ਬਾਵਜੂਦ ਵੀ ਮੈਨੂੰ ਨੌਕਰੀ ਨਹੀਂ ਮਿਲ ਰਹੀ ਟੈਸਟ ਵੀ ਮੈਂ ਬਹੁਤ ਦਿੱਤੇ ਨੇ ਚੰਡੀਗੜ੍ਹ ਜਾ ਕੇ ਵੀ ਮੈਂ ਟੈਸਟ ਦਿੱਤਾ ਵਾ ਪਠਾਨਕੋਟ ਜਾ ਕੇ ਵੀ ਦਿੱਤਾ ਅੰਮ੍ਰਿਤਸਰ ਵਿੱਚ ਵੀ 2-3 ਟੈਸਟ ਦਿੱਤੇ ਨੇ ਪਰ ਕੋਈ ਗੱਲ ਨਹੀਂ ਬਣੀ ਕੀ ਰਿਸਪੋਂਸ ਮਿਲਦਾ ਕੋਈ ਟੈਸਟ ਦੇ ਟੈਸਟ ਕਲੀਅਰ ਵੀ ਹੋ ਜਾਂਦੇ ਨੇ ਬਟ ਤੁਹਾਨੂੰ ਪਤਾ ਹੀ ਆ ਪੈਸੇ ਵਾਲੇ ਜਿਹੜੇ ਉਹ ਅੱਗੇ ਆ ਜਾਂਦੇ ਨੇ ਫਿਰ ਮਨ ਦੁਖੀ ਹੋ ਜਾਂਦਾ ਕਿਸ ਤਰ੍ਹਾਂ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਘਰ ਦਾ ਗੁਜ਼ਾਰਾ ਮੈਂ ਸਟਿਚਿੰਗ ਕਰਦੀ ਹਾਂ ਟਿਊਸ਼ਨ ਪੜ੍ਹਾਉਂਦੀ ਬੱਚਿਆਂ ਨੂੰ ਹੋਰ ਪਿੰਡ 'ਚ ਕੰਮ ਕਰਕੇ ਫਿਰ ਘਰ ਦਾ ਗੁਜ਼ਾਰਾ ਤੋਰਦੀ ਹਾਂ ਅਤੇ ਮੇਰੀ ਵੱਡੀ ਸਿਸਟਰ ਆ ਉਹਨਾਂ ਨੇ ਵੀ BA ਕੀਤੀ ਆ ਕੰਪਿਊਟਰ ਦਾ ਕੋਰਸ ਕੀਤਾ ਵਾ ਫੈਸ਼ਨ ਡਿਜ਼ਾਇਨਿੰਗ ਕੀਤੀ ਆ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਆ ਭਰਤੀ ਵੀ ਵੇਖੀ ਆ 3-4 ਵਾਰ ਭਰਤੀ ਵੇਖੀ ਉਹਨਾਂ ਨੇ ਸਭ ਕੁਛ ਹੋ ਜਾਣ ਦੇ ਬਾਵਜੂਦ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ ਹੁਣ ਮੈਂ ਮੇਰੀ ਮੰਮੀ ਅਤੇ ਛੋਟੀ ਭੈਣ ਸਰਕਾਰ ਕੋਲੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਸਾਨੂੰ ਨੌਕਰੀ ਦਿੱਤੀ ਜਾਵੇ ਪਰਮਜੀਤ ਕੌਰ ਪਰਮਜੀਤ ਦੱਸ ਦਿਓ ਜੀ ਘਰ ਦੇ ਹਾਲਾਤ ਕੀ ਨੇ ਅਤੇ ਕਿਉਂ ਜਿਹੜਾ ਬੱਚੀ ਨੂੰ ਲੈ ਕੇ ਝੋਨਾ ਲਾਉਣਾ ਪੈਣ ਦਿਆ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਿ ਬੰਦੇ ਹੈ ਨਹੀਂ ਮੁੰਡੇ ਹੈ ਨਹੀਂ ਆ ਜਨਾਨੇ ਦੇ ਸਿਰ 'ਤੇ ਮੈਂ ਆਪਣੇ ਸਿਰ 'ਤੇ ਘਰਾਂ ਦੇ ਕੰਮ ਕਰਕੇ ਬੱਚੇ ਪੜ੍ਹਾਉਣ ਡਈ ਸੀ ਬੱਚਿਆਂ ਦੇ ਖਾਣਾ ਸਭ ਕੁਛ ਕੱਪੜੇ ਫਿਰ ਕੰਮ ਕਰਕੇ ਫਿਰ ਇਹਨਾਂ ਦੇ ਚਲਾਈਦਾ ਇਹ ਦੌੜੋਂ ਨੂੰ ਗਿਆ ਇਹ ਭਰਤੀ ਵੇਖਣ ਫਿਰ ਅਟੈਕ ਹੋ ਗਿਆ ਫਿਰ ਕੀ ਕੀਤਾ ਜਾਵੇ ਘਰ ਵਾਲਾ ਦਾ ਫਿਰ ਇਸ ਤਰ੍ਹਾਂ ਬੱਚੇ ਦਾ ਸੋਚ ਕਰਕੇ 1.5 ਸਾਲ ਪਿਛੋਂ ਡੈਥ ਹੋ ਗਈ ਅਤੇ ਕਿਸ ਤਰ੍ਹਾਂ ਪੜ੍ਹਾਇਆ ਬੱਚਿਆਂ ਨੂੰ ਬੱਚਿਆਂ ਦੇ ਸਰਕਾਰਾਂ ਦੇ ਕੰਮ ਕਰਕੇ ਕਿੱਥੇ ਕਿੱਥੇ ਕੰਮ ਕਰਦੇ ਕੀ ਕੰਮ ਕਰਦੇ ਕੰਮ ਤੁਹਾਨੂੰ ਪਤਾ ਹੀ ਸਭ ਕੁਛ ਕਰੀਦਾ ਜੀ ਜੋ ਕੰਮ ਖੁੱਲ੍ਹਾ ਕੰਮ ਮਿਲ ਗਿਆ ਕਰੀਦਾ ਵਿਆਹਾਂ ਸ਼ਾਦੀ ਦੇ ਵੀ ਕਰ ਲਈਦਾ ਘਰਾਂ ਦੇ ਕੰਮ ਵੀ ਸਫਾਈਆਂ ਦੇ ਕਰੀਦਾ ਰੋਟੀ ਪਕਾਈਦਾ ਕੱਪੜੇ ਧੋਈਦਾ ਹੁਣ ਝੋਨੇ ਦਾ ਦਿਨ ਛੁੱਟੀ ਕਰਕੇ ਝੋਨਾ ਲਾਉਣ ਡੇ ਅੰਮ੍ਰਿਤ ਕਦੋਂ ਚੱਕਾ ਜੀ ਗਏ ਉਦੋਂ ਕਾਕਾ ਸੀ ਕਾਕੇ ਨੇ ਲੈ ਕੇ ਗਏ 9 ਸਾਲ ਹੋ ਗਿਆ ਕਿੰਨੀ ਦੇਰ ਹੋ ਗਈ ਹੋ ਗਏ ਆ ਕਿੰਨੇ ਸਾਲ ਹੋ ਗਏ ਸਾਰੇ ਪਰਿਵਾਰ ਨੇ ਮਿਲ ਸਕਿਆ ਹਾਂਜੀ ਕਿੱਥੋਂ ਸਕਿਆ ਮਰੇ ਅੰਮ੍ਰਿਤਸਰ ਤੇ ਫਿਰ ਕੀ ਮੰਨਦੇ ਹੋ ਸਰਕਾਰਾਂ ਦਾ ਕੀ ਮੰਨਦੇ ਹੋ ਵੀ ਇੰਨਾ ਪੜ੍ਹਾਉਣ ਦੇ ਬਾਵਜੂਦ ਵੀ ਜਿਹੜਾ ਬੱਚਿਆਂ ਨੂੰ ਨੌਕਰੀ ਨਹੀਂ ਮਿਲੀ ਸਾਨੂੰ ਇਹੀ ਆ ਮੁੰਡੇ ਨੂੰ ਅਕਾਲ ਕਰਨ ਦੇ ਇਹੀ ਵੀ ਆਖਣ ਦੇ ਸੀ ਬਹੂ ਉਹ ਤਾਂ ਕਿਤੇ ਲਵਾ ਗੁੱਡੀਆਂ ਨੇ ਇੰਨੀਆਂ ਪੜੀਆਂ ਸੀ ਇਹ ਜਦੋਂ ਝੋਨਾ ਦਾ ਸੀਜ਼ਨ ਆਉਂਦੇ ਆ ਨਾ ਉਦੋਂ ਹੀ ਸਾਈਡ ਆ ਜਾਈਦਾ ਸਾਰੇ ਪੁੱਛਦੇ ਵੀ ਕੀ ਕੀਤੇ ਆ ਤੁਸੀਂ ਕਿੰਨੇ ਕੁ ਪੜੀਆਂ ਸੀ ਮੈਂ ਕੁੜੀਆਂ ਪੜੀਆਂ ਸੀ ਇਹਨਾਂ ਨੂੰ ਕਿਤੇ ਲਵਾ ਕਰਕੇ ਸਰਕਾਰਾਂ ਨੂੰ ਕੀ ਮੰਗ ਕਰਦੇ ਸਰਕਾਰਾਂ ਨੂੰ ਕੀ ਕਹਿੰਦੇ ਹੋ ਸਰਕਾਰਾਂ ਨੂੰ ਤੇ ਆਖੀਦਾ ਲਵਾਉਂਦੇ ਨਹੀਂ ਬੱਚਿਆਂ ਨੂੰ ਇਹੋ ਹੀ ਆਖੀਦਾ ਵੀ ਸਰਕਾਰ ਲਵਾਉਣ ਕਿਸੇ ਪਾਸੇ ਗਰੀਬਾਂ ਦੇ ਕੋਈ ਹੈ ਹੀ ਨਹੀਂ ਸੁਣਦਾ ਪਰ ਜਿਹੜਾ ਪਰਿਵਾਰ ਵਾ ਬੱਚੇ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਝੋਨਾ ਲਾ ਲੈਣੇ ਕੀ ਕਹਿਣਾ ਚਾਹੋਗੇ
ये जी इन्हां दी बदकिस्मती कह लो, पहलां तो इन्हां दा ब्रदर जिहड़ा सी जवान होया सी भर्ती की तैयारी कर रहा है, उहदी डैथ दौड़ लाउंदे दी साडे पिंड ही हो गई। उस तों बाद उहदा सदमा नहीं सहा इन्हां दे डैडी ने, वह भी पूरे हो गए, तो फिर भी इन्हां दी मां दी इन्नी बहादुरी आ कि उन्हां लोकां दे घरां दे विच पोचे ला के गोहा सुट के आ हुण झोनिआं दा सीजन आ झोने ला के अपनी कुड़ियां नूं इन्हें पढ़ाया, बहुत मेहनत करके बहुत वधिया पढ़ाई करवाई कुड़ियां नूं। ये कोई छोटी मोटी गल नहीं गी, पर असीं सरकार दे गाड़ी इहो गुजारिश करदे हां कि इन्हां कुड़ियां नूं नौकरी दी कोई किरण नज़र आवे ते नौकरी दित्ती जावे इन्हां नूं। जिस तरह सरकारां कह रही हैं कि आप स्किल डिवेलपमेंट खोले कोर्स खोले ने कुड़ियां दे वास्ते, उहदे वास्ते होर बड़ा कुछ इकड़े पराले कर रहे हैं, की मानते हैं? इन्हां वास्ते तां कुछ नहीं, अहीं तां कोई वेख्या नहीं, कहिंदियां ने सरकारां सुणिया ही आ, वैसे बहुत धीआं वेखियां ने आईलैट्स करके बाहर नूं बच्चे दौड़ी जांदे ने, जे इत्थे नौकरियां मिलन ते बाहर क्यों जाण, है ना। तो इस करके सरकार गड़ी इहो गुजारिश आ कि इह बच्चियां नूं बच्चियां वल ध्यान दिता जाए, क्योंकि बहुत लोड़वंद परिवार आ, इह सिक्खी दे नाल जुड़िया होया परिवार आ, ते इन्हां नूं जिन्नी पढ़ाई कीती आ इह नौकरी दीआं हकदार हन, ते इन्हां नूं जरूर नौकरी दित्ती जाए। 100% गारंटी नाल पाओ हर परेशानी दा हल। गुरु कबीर जी 98720-82-491 पता लुधियाना। गेट एक्स लव बैक इन योर लाइफ, मोनी वशीकरण करवाओ, मनचाहा प्रेमी प्रेमिका अपने वास विच करो, परेशानी जिवें वशीकरण करवाना चा तुड़वाना, पति पत्नी च अनबन, औलाद सुख, विदेश यात्रा, पीआर च रुकावट, खोया प्यार वापस पौना, सौतन दुश्मन तो छुटकारा, कर्जा मुक्ति, प्रेम ब्याज देरी, तलाक केस चा जमीनी झगड़ा, लॉटरी नंबर पाओ 649 होवे चा लोटो मैक्स, प्यार च धोखा खा चुके प्रेमी प्रेमिका एक बार जरूर संपर्क करो, मैं तुहाडा प्यार टुटण नहीं देवांगा, इट्स माई प्रॉमिस।